आगामी लोकसभा चुनाव को लेकर माहौल पूरी तरह से गरमाया हुआ है और अलग अलग पार्टियों की तरफ से अपने जोर आजमाश की जा रही है। अब देखना यह है कि सत्ते में सरकार कांग्रेस की बनती है या मोदी की। ਆਮ ਆਦਮੀ ਪਾਰਟੀ ਦੇ ਬਜ਼ੁਰਗ ਪੰਜਾਬ ਚ ਦਰਕਨਾਰ ਕਰਦੇ ਸੀਗੇ, ਹਰਿੰਦਰ ਸਿੰਘ ਖਾਲਸਾ ਉਹਨਾਂ ਤੋਂ ਮੁਅੱਤਲ ਐਮਪੀ ਨੇ, ਤੁਸੀਂ ਗਠਬੰਧਨ ਵਿੱਚ ਉਹ ਆਏ ਨੇ, ਤੁਸੀਂ ਉਹਨਾਂ ਦੀ ਕੀ ਰੈਲਵੈਂਸ ਸਮਝਦੇ ਹੋ, ਕੀ ਇੰਪੋਰਟੈਂਸ ਸਮਝਦੇ ਹੋ, ਉਹਦਾ ਤੁਹਾਨੂੰ ਲਾਭ ਹੋਏਗਾ ਗਠਬੰਧਨ ਨੂੰ? ਸੀ ਮੈਂ ਕਹਿੰਦਾ ਕਿ ਆਈ ਸ਼ੋ ਕਰਦਾ ਹੈ ਕਿ ਉਹ ਜਿਹੜੀਆਂ ਪਾਰਟੀਆਂ ਹੈ ਖਤਮ ਹੋ ਗਈਆਂ ਜੀ, ਐਂਡ ਲੋਕ ਦੇਖ ਰਹੇ ਕਿ ਕਿਹੜੀ ਗਠਬੰਧਨ ਚ ਸ਼ਾਮਿਲ ਹੋਈ ਹੈ। ਸੋ ਸ਼੍ਰੋਮਣੀ ਬੀਜੇਪੀ ਸ਼ਾਮਿਲ ਹੋਈ, ਮੋਸਟ ਵੈਲਕਮ। ਕਿੰਨਾ ਕੁ ਲਾਭ ਹੋਏਗਾ ਤੁਹਾਨੂੰ? ਸੋ ਲਾਭ ਹੀ ਹੁੰਦਾ, ਲੋਸ ਤਾਂ ਹੈ ਨਹੀਂ। ਸੁਖਬੀਰ ਜੀ, ਆਚਾਰ ਸੰਹਿਤਾ ਲੱਗਣ ਦੇ ਬਾਅਦ ਵੀ ਜਿਹੜਾ ਹੈ 92 ਕਰੋੜ ਰੁਪਏ ਦੇ ਕਰੀਬ ਜਿਹੜਾ ਨਸ਼ਾ ਪੰਜਾਬ 'ਚ ਪਕੜਿਆ ਗਿਆ ਆ, ਪੰਜਾਬ ਅਮਰਿੰਦਰ ਸਿੰਘ ਵਰਗਾ ਨਿਖੇਧ ਨਲਾਇਕ ਨਿਕੰਮਾ ਮੁੱਖ ਮੰਤਰੀ ਪੰਜਾਬ ਨੂੰ ਮਿਲ ਨਹੀਂ ਸਕਦਾ। ਮਤਲਬ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ ਹੈ, ਮੁੱਖ ਮੰਤਰੀ ਹੈ ਹੀ ਨਹੀਂ। ਹੁਸ਼ਿਆਰਪੁਰ ਸੇ ਜਸਪ੍ਰੀਤ ਸਿੰਘ, ਸਰੀ ਹੋਮ ਨਿਊਜ਼।